ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਐਸਟ੍ਰੋਲੋਜਰ ਮਨੀਸ਼ਾ ਕੌਸ਼ਿਕ, ਤੁਹਾਡਾ ਸਾਰਿਆਂ ਦਾ ਜੋਤਿਸ਼ ਦੇ ਸਭ ਤੋਂ ਖਾਸ ਅਤੇ ਪਾਪੂਲਰ ਸ਼ੋਅ ਤੁਹਾਡੇ ਸਿਤਾਰੇ PTC ਦੇ ਉੱਤੇ ਤਹਿ ਦਿਲੋਂ ਸਵਾਗਤ ਕਰਦੀ ਹਾਂ। ਆਪਣੇ ਮੈਂਟੋਰ, ਆਪਣੇ ਗਾਈਡ, ਆਪਣੇ ਫਾਦਰ ਐਸਟ੍ਰੋਲੋਜਰ ਡਾਕਟਰ ਪ੍ਰੇਮ ਕੁਮਾਰ ਸ਼ਰਮਾ ਜੀ ਦੀ ਗਾਈਡੈਂਸ ਨਾਲ ਮੈਂ ਡਿਸਕਸ ਕਰੂੰਗੀ ਦਿਨ ਦਾ ਪੰਚਾਂਗ ਅਤੇ ਰਾਸ਼ੀਫਲ। ਸਭ ਤੋਂ ਪਹਿਲਾਂ ਅੱਜ ਦਾ ਪੰਚਾਂਗ। ਅੱਜ 4 ਅਕਤੂਬਰ 2024 ਦੇ ਦਿਨ ਹੈ, ਫਰਾਈਡੇ, ਯਾਨੀ ਸ਼ੁੱਕਰਵਾਰ। ਸ਼ੁਕਲ ਪੱਖ ਦਵਿਤੀਆ ਤਿਥੀ ਰਹੇਗੀ ਸਾਰਾ ਦਿਨ। ਅੱਜ ਗੰਡਮੂਲ ਨਹੀਂ ਹੈ, ਅੱਜ ਪੰਚਕ ਵੀ ਨਹੀਂ ਹੈ। ਗੱਲ ਕਰੀਏ ਰਾਹੂ ਕਾਲ ਦੀ, ਤਾਂ ਸਵੇਰ ਦੇ 10:40 ਤੋਂ ਲੈ ਕੇ ਦੁਪਹਿਰ ਦੇ 12:09 ਤੱਕ ਦਾ ਸਮਾਂ ਜਿਹੜਾ ਹੈ ਉਹ ਰਾਹੂ ਕਾਲ ਦਾ ਹੈ। ਇੱਕ ਹੋਰ ਇਨਆਸਪੀਸ਼ੀਅਸ ਟਾਈਮ ਜਿਹਨੂੰ ਕਿ ਯਮਗੰਧਮ ਕਾਲ ਕਹਿੰਦੇ ਨੇ, ਜਿਹਦੇ ਵਿੱਚ ਵੀ ਕੋਈ ਜ਼ਰੂਰੀ ਕੰਮ ਕਰਨਾ ਹੋਵੇ, ਕੋਈ ਇੰਪੋਰਟੈਂਟ ਡਿਸੀਜਨ ਲੈਣਾ ਹੋਵੇ, ਜੇ ਅਵੋਇਡ ਕਰ ਦਿੱਤਾ ਜਾਵੇ ਤਾਂ ਬਿਹਤਰ ਹੁੰਦਾ ਹੈ। ਆ ਸਮਾਂ ਰਹੇਗਾ ਦੁਪਹਿਰ ਦੇ 3:05 ਤੋਂ ਲੈ ਕੇ ਸ਼ਾਮ ਦੇ 4:34 ਤੱਕ। ਹੁਣ ਜੇ ਜ਼ਰੂਰੀ ਕੰਮ ਕਰਨਾ ਹੈ ਤਾਂ ਦਿਨ ਦਾ ਸ਼ੁਭ ਸਮਾਂ ਵੀ ਪਤਾ ਹੋਣਾ ਚਾਹੀਦਾ, ਉਹੀ ਦੱਸ ਰਹੀ ਹਾਂ, ਜ਼ਰੂਰ ਨੋਟ ਕਰਨਾ। ਦਿਨ ਦਾ ਸਭ ਤੋਂ ਸ਼ੁਭ ਸਮਾਂ ਜਿਹੜਾ ਹੈ ਉਹ ਰਹੇਗਾ ਦੁਪਹਿਰ ਦੇ 12:10 ਤੋਂ ਲੈ ਕੇ ਦੁਪਹਿਰ ਦੇ 1:37 ਤੱਕ। ਹੁਣ ਗੱਲ ਕਰਾਂਗੇ ਰਾਸ਼ੀਫਲ ਦੀ। ਏਰੀਜ਼ ਯਾਨੀ ਮੇਸ਼ ਰਾਸ਼ੀ ਵਾਲੇ ਵਜ਼ਨ ਘਟਾਉਣ ਦੇ ਉੱਤੇ ਫੋਕਸ ਕਰ ਸਕਦੇ ਨੇ, ਅਤੇ ਚੰਗੀ ਗੱਲ ਇਹ ਹੈ ਕਿ ਸਿਤਾਰੇ ਤੁਹਾਡਾ ਸਾਥ ਵੀ ਦੇਣਗੇ, ਤੁਸੀਂ ਆਪਣੇ ਗੋਲ ਨੂੰ ਜਲਦੀ ਅਚੀਵ ਕਰ ਸਕੋਗੇ। ਜੋਬ ਚੇਂਜ ਕਰਨ ਦੀ ਜਿਹੜੀ ਇੱਛਾ ਵਾਰ ਵਾਰ ਅੰਦਰੋਂ ਹੋ ਰਹੀ ਹੈ, ਜੇ ਉਹਦੇ ਵਾਸਤੇ ਅੱਜ ਮਿਹਨਤ ਕੀਤੀ ਜਾਵੇ ਤਾਂ ਕਿਤੇ ਨਾ ਕਿਤੋਂ ਇੱਕ ਪੁਸ਼ ਜਿਹੜਾ ਤੁਹਾਨੂੰ ਚਾਹੀਦਾ ਜੋਬ ਚੇਂਜ ਵਾਸਤੇ, ਉਹ ਤੁਹਾਨੂੰ ਅੱਜ ਮਿਲ ਸਕਦਾ। ਅੱਜ ਜਿਹੜਾ ਹੈ ਕਿਸੇ ਦੇ ਸਨਮਾਨ 'ਚ ਪਾਰਟੀ ਜਿਹੜੀ ਹੈ ਉਹ ਰੱਖੀ ਜਾ ਸਕਦੀ ਹੈ, ਜਿੱਥੇ ਕਿ ਤੁਹਾਨੂੰ ਪਹੁੰਚਣਾ ਤੁਹਾਡੇ ਵਾਸਤੇ ਜ਼ਰੂਰੀ ਹੋਵੇ। ਯਾਰ ਦੋਸਤ ਜਿਹੜੇ ਹੈ ਕੋਈ ਟ੍ਰਿਪ ਵੀ ਪਲਾਨ ਕਰ ਸਕਦੇ ਨੇ ਅਤੇ ਟ੍ਰਿਪ ਵਾਸਤੇ ਤੁਹਾਨੂੰ ਇਨਵਾਈਟ ਕਰ ਸਕਦੇ ਨੇ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 6, ਲੱਕੀ ਕਲਰ ਰਹੇਗਾ ਗ੍ਰੇ, ਅਤੇ ਤੁਸੀਂ ਉਪਾਅ ਕੀ ਕਰਨਾ, ਮੱਥੇ ਦੇ ਉੱਤੇ ਚੰਦਨ ਦਾ ਤਿਲਕ ਲਗਾ ਕੇ ਰੱਖਣਾ। ਟੌਰਸ ਯਾਨੀ ਵ੍ਰਿਸ਼ਭ ਰਾਸ਼ੀ ਵਾਲਿਆਂ ਵਾਸਤੇ ਵਧੀਆ ਦਿਨ ਨਜ਼ਰ ਆ ਰਿਹਾ ਹੈ, ਕਿਉਂਕਿ ਸਿਹਤ ਅੱਜ ਵਧੀਆ। ਜਦੋਂ ਪਹਿਲੀ ਚੀਜ਼ ਫਿਜ਼ੀਕਲ, ਮੈਂਟਲ, ਇਮੋਸ਼ਨਲ ਹੈਲਥ ਜੇ ਵਧੀਆ ਰਹੇ ਤਾਂ ਦਿਨ ਵਾਸਤੇ ਕੋਨਫੀਡੈਂਸ ਆਪਣੇ ਆਪ ਬਣ ਸਕਦਾ। ਕੋਈ ਹੈਲਥ ਇਸ਼ੂ ਚੱਲ ਵੀ ਰਿਹਾ ਸੀਗਾ ਤਾਂ ਤੁਹਾਨੂੰ ਉੱਥੋਂ ਰਾਹਤ ਮਿਲੇਗੀ। ਵਰਕ ਪਲੇਸ ਦੇ ਉੱਤੇ ਕਿਤੇ ਨਾ ਕਿਤੇ ਅੱਜ ਜਿਹੜਾ ਹੈ ਤੁਹਾਡੀ ਐਡਵਾਈਸ ਮਾਇਨੇ ਰੱਖੇਗੀ, ਬੌਸ ਤੁਹਾਡੇ ਸੁਝਾਵ ਜਿਹੜੇ ਹੈ, ਤੁਹਾਡੇ ਸੁਜੈਸ਼ਨਸ ਦੀ ਮੰਗ ਜਿਹੜੀ ਹੈ ਕਰ ਸਕਦੇ ਹੈ। ਫੈਮਿਲੀ ਵਿੱਚ ਕੋਈ ਗੈਟ ਟੂਗੈਦਰ, ਕੋਈ ਮੇਲਜੋਲ ਦਾ ਪ੍ਰੋਗਰਾਮ ਜਿਹੜਾ ਹੈ ਰੱਖਿਆ ਜਾ ਸਕਦਾ ਹੈ। ਅੱਜ 'ਚ ਕਈ ਲੋਕਾਂ ਵਾਸਤੇ ਆਪਣਾ ਘਰ, ਆਪਣੀ ਪ੍ਰੋਪਰਟੀ ਲੈਣ ਦਾ ਸੁਪਨਾ ਵੀ ਪੂਰਾ ਹੋ ਸਕਦਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 7, ਲੱਕੀ ਕਲਰ ਰਹੇਗਾ ਲਾਈਟ ਰੈੱਡ, ਅਤੇ ਤੁਸੀਂ ਉਪਾਅ ਕੀ ਕਰਨਾ, ਕਿਸੇ ਜ਼ਰੂਰਤਮੰਦ ਸ਼ਖਸ ਨੂੰ ਜਾਂ ਕਿਸੇ ਧਰਮ ਸਥਲ 'ਤੇ ਜਾ ਕੇ ਸ਼ਾਇਦ ਜ਼ਰੂਰ ਦੇ ਕੇ ਆਉਣਾ ਹੈ ਅੱਜ। ਜੈਮਿਨਾ ਯਾਨੀ ਮਿਥੁਨ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਸਿਹਤ ਵਧੀਆ ਨਜ਼ਰ ਆ ਰਹੀ ਹੈ, ਓਵਰਆਲ ਦਿਨ ਤੁਹਾਡਾ ਐਕਸਾਈਟਮੈਂਟ ਭਰਿਆ ਰਹੇਗਾ। ਕਿਸੇ ਜਿਹੜੀ ਕੋਈ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਨਹੀਂ ਸੀ ਉਹਦੇ ਉੱਤੇ ਅੱਜ ਖਰਚਾ ਹੋਣ ਦੇ ਚਾਂਸਿਸ ਨਜ਼ਰ ਆ ਰਹੇ ਨੇ। ਖਰਚੇ ਦੇ ਉੱਤੇ ਬਾਅਦ 'ਚ ਤੁਸੀਂ ਰਿਪੈਂਟ ਨਾ ਕਰੋ, ਬਾਅਦ 'ਚ ਤੁਹਾਨੂੰ ਪਛਤਾਵਾ ਨਾ ਹੋਵੇ, ਇਸ ਕਰਕੇ ਅੱਜ ਜੋ ਵੀ ਖਰਚਣਾ ਹੈ ਇੱਕ ਵਾਰੀ ਆਪਣਾ ਥੋਟ ਉਹਦੇ ਵਿੱਚ ਜ਼ਰੂਰ ਪਾ ਦੇਣਾ। ਕੋਈ ਨਵੀਂ ਸਕਿੱਲ ਸਿੱਖਣ ਦਾ ਮੌਕਾ ਮਿਲੇਗਾ, ਨਵੀਂ ਸਕਿੱਲ ਸਿੱਖਣਾ ਹੁਣ ਤੁਹਾਡੇ ਵਾਸਤੇ ਆਸਾਨ ਵੀ ਹੋਏਗਾ, ਕਿਉਂਕਿ ਮੈਂਟਲੀ ਤੁਸੀਂ ਕਾਫੀ ਈਜ਼ੀ ਮਹਿਸੂਸ ਕਰੋਗੇ। ਪ੍ਰੋਪਰਟੀ ਸੰਬੰਧਿਤ ਮਾਮਲਿਆਂ 'ਚ ਵੀ ਦਿਨ ਅੱਜ ਤੁਹਾਡੇ ਵਾਸਤੇ ਲੱਕੀ ਸਾਬਿਤ ਹੋਏਗਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 11, ਲੱਕੀ ਕਲਰ ਰਹੇਗਾ ਲਾਈਟ ਯੈਲੋ, ਅਤੇ ਤੁਸੀਂ ਉਪਾਅ ਕੀ ਕਰਨਾ, ਕਿਸੇ ਵੀ ਧਰਮ ਸਥਲ ਤੋਂ ਕੁਛ ਪਵਿੱਤਰ ਜਲ ਲਿਆ ਕੇ ਘਰ ਦੇ ਨੌਰਥ 'ਚ ਤੁਸੀਂ ਰੱਖ ਦੇਣਾ। ਕੈਂਸਰ ਯਾਨੀ ਕਰਕ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਆਪਣੇ ਡੇਲੀ ਰੂਟੀਨ ਵਿੱਚ ਥੋੜ੍ਹੀ ਜਿਹੀ ਵਾਕ, ਥੋੜ੍ਹੀ ਜਿਹੀ ਜੋਗਿੰਗ, ਐਕਸਰਸਾਈਜ਼ ਤੁਸੀਂ ਜੋੜ ਸਕਦੇ ਹੋ, ਕਿਸੇ ਨੇ ਮਨਾ ਨਹੀਂ ਕੀਤਾ, ਇਨਫੈਕਟ ਤੁਹਾਨੂੰ ਆਪ ਫਾਇਦਾ ਹੋਣਾ। ਅੱਜ ਘਰੇਲੂ ਬਜਟ 'ਚ ਕਿਤੇ ਨਾ ਕਿਤੇ ਕਟੌਤੀਆਂ ਕਰਨਾ ਤੁਹਾਡੇ ਵਾਸਤੇ ਔਖਾ ਹੋਏਗਾ, ਕਿਉਂਕਿ ਹਲੇ ਹਲੇ ਮਹੀਨੇ ਦੀ ਸ਼ੁਰੂਆਤ ਹੋਈ ਹੈ, ਕੁਛ ਹੀ ਦਿਨ ਜਿਹੜੇ ਹੈ ਨਿਕਲੇ ਨੇ, ਅਤੇ ਇਸ ਕਰਕੇ ਬਜਟ ਨਾਲ ਸਟ੍ਰਿਕ ਕਰਨਾ ਜ਼ਰੂਰੀ ਹੈ, ਕਿਉਂਕਿ ਅੱਗੇ ਤਿਉਹਾਰਾਂ ਵਾਲਾ ਮਾਹੌਲ ਸ਼ੁਰੂ ਹੋ ਰਿਹਾ, ਖਰਚਾ ਵੈਸੇ ਹੀ ਵੱਧ ਜਾਣਾ। ਕਿਤੇ ਨਾ ਕਿਤੇ ਪੈਟਰਨਲ ਪ੍ਰੋਪਰਟੀ, ਪੈਤ੍ਰਿਕ ਸੰਪੱਤੀ ਦੇ ਵਿੱਚ ਵੀ ਹੁਣ ਤੁਹਾਨੂੰ ਤੁਹਾਡਾ ਹਿੱਸਾ ਜਿਹੜਾ ਹੈ ਮਿਲ ਸਕਦਾ।
ਮੈਰੀਟਲ ਲਾਈਫ ਵਿੱਚ ਜਿਹੜੀ ਬੋਰੀਅਤ ਬਣਨੀ ਸੀਗੀ, ਹੁਣ ਤੁਹਾਡੇ ਐਫਰਟਸ ਨਾਲ ਉਹ ਬੋਰੀਅਤ ਦੂਰ ਹੋਏਗੀ। ਇੱਕ ਦੂਜੇ ਨਾਲ ਮਿਲ ਕੇ ਤੁਸੀਂ ਫਿਊਚਰ ਦੀ ਪਲੈਨਿੰਗ ਵੀ ਕਰ ਸਕਦੇ ਹੋ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 4, ਲੱਕੀ ਕਲਰ ਰਹੇਗਾ ਨੇਵੀ ਬਲੂ, ਅਤੇ ਤੁਸੀਂ ਉਪਾਅ ਕੀ ਕਰਨਾ, ਕਿਸੇ ਵੀ ਜ਼ਰੂਰਤਮੰਦ ਸ਼ਖਸ ਨੂੰ ਪੈਰਾਂ 'ਚ ਚੱਪਲਾਂ ਜਾਂ ਫਿਰ ਅਜੇ ਗਰਮ ਕੱਪੜੇ ਤੁਸੀਂ ਦਵਾ ਦਿਓ, ਅਤੇ ਦਿਨ ਤੁਹਾਡੇ ਵਾਸਤੇ ਹੋਰ ਵੀ ਵਧੀਆ ਬਣ ਸਕਦਾ। ਲੀਓ ਯਾਨੀ ਸਿੰਘ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਆਪਣੇ ਡੇਲੀ ਰੂਟੀਨ ਵਿੱਚ ਐਕਸਰਸਾਈਜ਼ ਨੂੰ ਸ਼ਾਮਿਲ ਕਰਨ ਵਾਸਤੇ ਤੁਹਾਨੂੰ 2 ਫਾਇਦੇ ਹੋਣੇ। ਪਹਿਲੀ, ਸਿਹਤ ਠੀਕ ਰਹੇਗੀ। ਦੂਜਾ, ਤੁਸੀਂ ਪਹਿਲਾਂ ਨਾਲੋਂ ਜ਼ਿਆਦਾ ਐਕਟਿਵ ਮਹਿਸੂਸ ਕਰੋਗੇ। ਪ੍ਰੋਫੈਸ਼ਨਲ ਫਰੰਟ ਦੇ ਉੱਤੇ ਮਾਨ ਸਨਮਾਨ ਦੀ ਪ੍ਰਾਪਤੀ ਹੋ ਸਕਦੀ ਹੈ, ਕਈ ਲੋਕਾਂ ਦਾ ਕੱਦ ਵੱਧਦਾ ਹੋਇਆ ਨਜ਼ਰ ਆ ਰਿਹਾ, ਪ੍ਰਮੋਸ਼ਨ ਦੇ ਰਸਤੇ ਹੁਣ ਤੁਹਾਡੇ ਵਾਸਤੇ ਖੁੱਲ੍ਹਣ ਦੇ ਚਾਂਸਿਸ ਬਣਨਗੇ। ਪ੍ਰੋਪਰਟੀ ਵੱਲੋਂ ਵੀ ਚੰਗੇ ਰਿਟਰਨਸ ਮਿਲਣ ਦੀ ਉਮੀਦ ਕੀਤੀ ਜਾ ਸਕਦੀ ਹੈ। ਕੋਈ ਖਾਲੀ ਕੋਈ ਪ੍ਰੋਪਰਟੀ ਨੂੰ ਕਿਰਾਏ 'ਤੇ ਚੜ੍ਹਾਉਣ ਨਾਲ ਇਨਕਮ ਦਾ ਸੋਰਸ ਵੀ ਸ਼ੁਰੂ ਹੋ ਸਕਦਾ। ਅਕੈਡਮਿਕ ਫਰੰਟ ਦੇ ਉੱਤੇ ਕੋਈ ਪ੍ਰੋਬਲਮਸ ਚੱਲ ਰਹੀਆਂ ਸੀ, ਚੈਲੇਂਜਸ ਚੱਲ ਰਹੇ ਸੀ, ਅਤੇ ਕਿਸੇ ਦੀ ਮਦਦ ਨਾਲ ਹੁਣ ਦੂਰ ਹੋਣਗੇ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 2, ਲੱਕੀ ਕਲਰ ਰਹੇਗਾ ਪੀਚ, ਅਤੇ ਤੁਸੀਂ ਉਪਾਅ ਕੀ ਕਰਨਾ, ਹਰੀ ਮੂੰਗੀ ਦੀ ਦਾਲ ਆਪਣੀ ਸ਼ਮਤਾ ਅਨੁਸਾਰ ਆਪਣੀ ਸ਼ਰਧਾ ਅਨੁਸਾਰ ਕਿਸੇ ਵੀ ਧਰਮ ਸਥਲ 'ਤੇ ਜਾ ਕੇ ਦੇਵਾਂਗੇ। ਵਰਗੋ ਯਾਨੀ ਕੰਨਿਆ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਫਿਟਨੈਸ ਨੂੰ ਲੈ ਕੇ ਹੁਣ ਤੁਸੀਂ ਆਪਣੀ ਹੈਲਥ ਅਤੇ ਫਿਟਨੈਸ ਨੂੰ ਲੈ ਕੇ ਪਹਿਲਾਂ ਨਾਲੋਂ ਜ਼ਿਆਦਾ ਅਟੈਂਟਿਵ ਰਹੋਗੇ, ਆਪਣੇ ਵਾਸਤੇ ਚੰਗੇ ਸਟੈਪਸ ਜਿਹੜਾ ਹੈ ਤੁਸੀਂ ਲੈ ਸਕੋਗੇ। ਕਿਤੇ ਨਾ ਕਿਤੇ ਅੱਜ ਲੱਕ ਵੀ ਤੁਹਾਨੂੰ ਫੇਵਰ ਕਰ ਰਿਹਾ, ਕੋਈ ਤੁਸੀਂ ਡਿਸੀਜਨਸ ਅੱਜ ਲੈਣਾ ਚਾਹੁੰਦੇ ਹੋ ਪ੍ਰੋਫੈਸ਼ਨਲ ਫਰੰਟ ਦੇ ਉੱਤੇ, ਪਰਸਨਲ ਫਰੰਟ ਦੇ ਉੱਤੇ, ਅਤੇ ਤੁਹਾਡੇ ਨਾਲ ਕਿਸਮਤ ਸਾਥ ਜ਼ਰੂਰ ਦੇਗੀ। ਅੱਜ ਜਿਹੜਾ ਹੈ ਕਿਸੇ ਨਵੀਂ ਜਗ੍ਹਾ ਘੁੰਮਣ ਜਾਣ ਦਾ ਮੌਕਾ ਮਿਲ ਸਕਦਾ, ਕੋਈ ਨਵੀਂ ਟਰੈਵਲ ਡੈਸਟੀਨੇਸ਼ਨ ਨੂੰ ਐਕਸਪਲੋਰ ਕਰਨ ਵਾਸਤੇ ਵੀ ਅੱਜ ਜਿਹੜਾ ਹੈ ਮਨ ਬਣਾਇਆ ਜਾ ਸਕਦਾ। ਅਕੈਡਮਿਕ ਫਰੰਟ ਦੇ ਉੱਤੇ ਸਟੂਡੈਂਟਸ ਵਾਸਤੇ ਅੱਜ ਦਾ ਦਿਨ ਖਾਸ ਨਜ਼ਰ ਆ ਰਿਹਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 5, ਲੱਕੀ ਕਲਰ ਰਹੇਗਾ ਗ੍ਰੀਨ, ਅਤੇ ਤੁਸੀਂ ਉਪਾਅ ਕੀ ਕਰਨਾ, ਕਿਸੇ ਵੀ ਜ਼ਰੂਰੀ ਕੰਮ 'ਤੇ ਜਾਣ ਤੋਂ ਪਹਿਲਾਂ ਆਪਣੇ ਘਰ ਦੇ ਵੱਡਿਆਂ ਦਾ ਆਸ਼ੀਰਵਾਦ ਲੈ ਕੇ ਫੇਰ ਜਾਣਾ। ਲਿਬਰਾ ਯਾਨੀ ਤੁਲਾ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਫਜ਼ੂਲ ਖਰਚਿਆਂ ਦੇ ਉੱਤੇ ਲਗਾਮ ਲਗਾਉਣਾ, ਰੋਕ ਲਗਾਉਣ 'ਚ ਹੁਣ ਤੁਸੀਂ ਸਫਲ ਹੋਵੋਗੇ। ਜਿੰਨੇ ਮੈਜਰਸ ਤੁਸੀਂ ਲੈ ਰਹੇ ਹੋ ਤੁਹਾਨੂੰ ਖੁਸ਼ੀ ਹੋਏਗੀ ਕਿ ਹੁਣ ਚੀਜ਼ਾਂ ਜਿਹੜੀ ਹੈ ਚੰਗੀ ਤਰੀਕੇ ਨਾਲ ਐਗਜ਼ੀਕਿਊਟ ਹੋ ਰਹੀਆਂ ਨੇ। ਵਰਕ ਫਰੰਟ ਦੇ ਉੱਤੇ ਵੀ ਹੁਣ ਤੁਹਾਡੇ ਉੱਤੇ ਵਿਸ਼ਵਾਸ ਤੁਹਾਡੇ ਸੀਨੀਅਰਸ ਦਾ, ਤੁਹਾਡੇ ਬੋਸਸ ਦਾ ਬਣੇਗਾ। ਉਹ ਤੁਹਾਨੂੰ ਕਿਸੇ ਇੰਪੋਰਟੈਂਟ ਪ੍ਰੋਜੈਕਟ ਦਾ, ਕੋਈ ਜਿਹੜੀ ਹੈ ਸੀਕਰੇਟ ਚੀਜ਼ ਜਿਹਦੇ ਉੱਤੇ ਕੰਮ ਹੋ ਰਹੀ ਹੈ ਉਹਦਾ ਹਿੱਸਾ ਬਣਾ ਸਕਦੇ ਨੇ। ਕੁਛ ਲੋਕਾਂ ਦਾ ਦੂਜੇ ਸ਼ਹਿਰ ਸ਼ਿਫਟ ਹੋਣਾ ਜਿਹੜਾ ਕਿ ਕਿਤੇ ਨਾ ਕਿਤੇ ਪੋਸੀਬਿਲਿਟੀ ਬਣ ਰਹੀ ਸੀਗੀ, ਹੁਣ ਚੀਜ਼ਾਂ ਤੁਹਾਨੂੰ ਕਲੀਅਰ ਹੋਣਗੀਆਂ, ਉਹ ਤੋਂ ਜੁੜੀ ਹੋਈ ਤਿਆਰੀ ਅੱਜ ਕੀਤੀ ਜਾ ਸਕਦੀ ਹੈ। ਵਿਦੇਸ਼ ਜਾਣ ਦਾ ਸੁਪਨਾ ਵੀ ਕਈ ਲੋਕਾਂ ਦਾ ਪੂਰਾ ਹੁੰਦਾ ਹੋਇਆ ਨਜ਼ਰ ਆ ਰਿਹਾ, ਕੋਈ ਵੀਜ਼ਾ ਜਾਂ PR ਰਿਲੇਟਡ ਨਿਊਜ਼ ਵੀ ਤੁਹਾਨੂੰ ਸੁਣਨ ਨੂੰ ਮਿਲ ਸਕਦੀ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 3, ਲੱਕੀ ਕਲਰ ਰਹੇਗਾ ਪਿੰਕ, ਅਤੇ ਤੁਸੀਂ ਉਪਾਅ ਕੀ ਕਰਨਾ, ਪਕਸ਼ੀਆਂ ਨੂੰ ਪੀਲੇ ਮਿੱਠੇ ਚਾਵਲ ਪਾਉਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਸਕੋਰਪੀਓ ਯਾਨੀ ਵ੍ਰਿਸ਼ਿਕ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਜਿਨ੍ਹਾਂ ਦੀ ਸਿਹਤ ਠੀਕ ਨਹੀਂ ਚੱਲ ਰਹੀ ਸੀ, ਹੈਲਥ ਨੂੰ ਲੈ ਕੇ ਕੋਈ ਨਾ ਕੋਈ ਇਸ਼ੂ ਦਾ ਸਾਹਮਣਾ ਤੁਸੀਂ ਕਰ ਰਹੇ ਸੀਗੇ, ਹੁਣ ਤੁਹਾਡੇ ਅੰਦਰ ਪੋਜ਼ਿਟਿਵਿਟੀ ਤੁਹਾਨੂੰ ਦੇਖਣ ਨੂੰ ਮਿਲੇਗੀ ਕਿਉਂਕਿ ਸਿਹਤ ਇੰਪਰੂਵ ਹੋ ਰਹੀ ਹੈ। ਕਾਰਪੋਰੇਟ ਸੈਕਟਰ 'ਚ ਹੁਣ ਗਰੋਥ ਦੇ ਚਾਂਸਿਸ ਨਜ਼ਰ ਆ ਰਹੇ ਨੇ, ਸਪੈਸ਼ਲੀ ਜਿਹੜੇ ਲੋਕ ITS ਸੋਫਟਵੇਅਰ ਇੰਡਸਟਰੀ ਨਾਲ ਤਾਲੁਕ ਰੱਖਦੇ ਨੇ, ਅਤੇ ਤੁਹਾਡੇ ਵਾਸਤੇ ਨਵੀਂ ਜੋਬ ਓਪਰਚੁਨਿਟੀਜ਼ ਬਣਨਗੀਆਂ, ਤੁਹਾਨੂੰ ਗਰੋਥ ਮਿਲਣ ਦੇ ਵੀ ਚਾਂਸਿਸ ਅੱਜ ਨਜ਼ਰ ਆ ਰਹੇ ਨੇ। ਅੱਜ ਸਟੂਡੈਂਟਸ ਵਾਸਤੇ ਕੋਈ ਚੰਗੀ ਖਬਰ ਲੈ ਕੇ ਆਏਗਾ ਦਿਨ, ਕਿਤੇ ਨਾ ਕਿਤੇ ਕੋਈ ਮਾਰਕਸ ਤੁਸੀਂ ਐਕਸਪੈਕਟ ਕਰ ਰਹੇ ਸੀ, ਕਿਤੇ ਐਡਮਿਸ਼ਨ ਤੁਸੀਂ ਅਪਲਾਈ ਕੀਤਾ ਹੋਇਆ ਸੀ, ਉੱਥੋਂ ਤੁਹਾਨੂੰ ਖੁਸ਼ਖਬਰੀ ਮਿਲ ਸਕਦੀ ਹੈ। ਕੋਈ ਮੈਰਿਜ ਪ੍ਰਪੋਜ਼ਲ ਨੂੰ ਲੈ ਕੇ ਤੁਸੀਂ ਸੀਰੀਅਸ ਸੀਗੇ, ਕਿਤੇ ਗੱਲਬਾਤ ਜਿਹੜੀ ਹੈ ਚੱਲ ਰਹੀ ਸੀਗੀ, ਅਤੇ ਹੁਣ ਅਪਰੂਵਲਸ ਹੋਣਗੇ, ਸਹਿਮਤੀ ਮਿਲੇਗੀ, ਕਿਤੇ ਨਾ ਕਿਤੇ ਵਿਆਹ ਦੀ ਜਿੱਤੋਂ ਜੁੜੀਆਂ ਹੋਈਆਂ ਚੀਜ਼ਾਂ ਨੂੰ ਫਾਈਨਲਾਈਜ਼ ਕਰਨ ਵਾਸਤੇ ਅੱਜ ਦਾ ਦਿਨ ਖਾਸ ਰਹੇਗਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 8, ਲੱਕੀ ਕਲਰ ਰਹੇਗਾ ਔਰੇਂਜ, ਅਤੇ ਤੁਸੀਂ ਉਪਾਅ ਕੀ ਕਰਨਾ, ਜ਼ਰੂਰਤਮੰਦ ਲੋਕਾਂ 'ਚ ਖੋਏ ਦੇ ਪੇੜੇ ਵੰਡਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਸੈਜੀਟੇਰੀਅਸ ਯਾਨੀ ਧਨੂ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਹੈਲਥ ਅਤੇ ਫਿਟਨੈਸ ਨੂੰ ਲੈ ਕੇ ਕੌਨਸ਼ੀਅਸ ਅਪਰੋਚ ਕਾਫੀ ਫਾਇਦੇਮੰਦ ਸਾਬਿਤ ਹੋਏ।
ਹੁਣ ਇਹ ਤੁਹਾਨੂੰ ਵੀ ਫਾਇਦਾ ਕਰੇਗੀ ਅਤੇ ਘਰ ਪਰਿਵਾਰ 'ਚ ਵੀ ਇਹਦਾ ਜਿਹੜਾ ਇਫੈਕਟ ਹੈਗਾ ਉਹ ਤੁਹਾਨੂੰ ਦੇਖਣ ਨੂੰ ਮਿਲੇਗਾ। ਫਾਲਤੂ ਖਰਚਿਆਂ ਦੇ ਉੱਤੇ ਸਖਤਾਈ ਕਰਨਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਚੀਜ਼ ਦੀ ਜਿਹੜੀ ਜ਼ਰੂਰਤ ਸਭ ਤੋਂ ਜ਼ਿਆਦਾ ਹੈ ਉਹ ਹੈ ਸੈਲਫ ਕੰਟਰੋਲ ਦੀ। ਕਿਤੇ ਨਾ ਕਿਤੇ ਵਰਕ ਫਰੰਟ ਦੇ ਉੱਤੇ ਦਿਨ ਤੁਹਾਡੇ ਵਾਸਤੇ ਸ਼ਾਈਨਿੰਗ ਰਹੇਗਾ, ਤੁਹਾਡੀ ਤਾਰੀਫ ਹੋ ਸਕਦੀ ਹੈ, ਸੀਨੀਅਰਸ ਤੁਹਾਡੇ ਕੰਮ ਨੂੰ ਤੋਂ ਲੈ ਕੇ ਖੁਸ਼ ਹੋਣਗੇ। ਅੱਜ ਕੋਈ ਗਰੁੱਪ ਵਕੇਸ਼ਨ, ਗਰੁੱਪ ਟਰੈਵਲ ਦਾ ਇਨਵਾਈਟ ਵੀ ਤੁਹਾਨੂੰ ਮਿਲ ਸਕਦਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 9, ਲੱਕੀ ਕਲਰ ਰਹੇਗਾ ਮਰੂਨ, ਅਤੇ ਤੁਸੀਂ ਉਪਾਏ ਕੀ ਕਰਨਾ, ਗਊ ਨੂੰ ਗੇਹੂੰ ਦੀ ਰੋਟੀ ਦੇ ਉੱਤੇ ਗੁੜ ਰੱਖ ਕੇ ਖਵਾਉਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਕੈਪਰੀਕੋਨ ਯਾਨੀ ਮਕਰ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਆਪਣੇ ਲਾਈਫ ਸਟਾਈਲ ਨੂੰ ਸੁਧਾਰਨ ਦੀ ਕੁਛ ਕੋਸ਼ਿਸ਼ ਤੁਹਾਨੂੰ ਕਰਨੀ ਚਾਹੀਦੀ ਹੈ। ਐਫਰਟਸ ਇਹ ਜਿਹੜੇ ਸਭ ਤੋਂ ਜ਼ਿਆਦਾ ਹੈ, ਕਿਸੇ ਤੋਂ ਗੱਲਾਂ ਸੁਣ ਕੇ ਜੇ ਅਪਲਾਈ ਕਰਨਾ ਹੈ ਤਾਂ ਆਪ ਕਰਨਾ, ਟੀਵੀ 'ਤੇ ਵਰਕਆਊਟ ਦੇਖ ਕੇ ਜਾਂ ਫਿਰ ਸਿਰਫ ਵੇਟ ਲੋਸ ਵਾਲੇ ਵੀਡੀਓਜ਼ ਦੇਖ ਕੇ ਵੇਟ ਲੋਸ ਨਹੀਂ ਹੋਣਾ, ਕੁਛ ਕਰਨ ਨਾਲ ਹੀ ਵੇਟ ਲੋਸ ਹੋਏਗਾ। ਨਵੀਂ ਜਗ੍ਹਾ ਅੱਜ ਟਰੈਵਲ ਕਰਨ ਦਾ ਮੌਕਾ ਮਿਲੇਗਾ। ਜਿਹੜੇ ਲੋਕ ਟਰੈਵਲ ਅਤੇ ਟੂਰਿਜ਼ਮ ਸੈਕਟਰ ਨਾਲ ਤਾਲੁਕ ਰੱਖਦੇ ਨੇ, ਅੱਜ ਦਾ ਦਿਨ ਤੁਹਾਡੇ ਵਾਸਤੇ ਵੀ ਖਾਸ ਨਜ਼ਰ ਆ ਰਿਹਾ ਹੈ। ਕੋਈ ਪ੍ਰੋਪਰਟੀ ਡੀਲ ਵੀ ਫਾਈਨਲ ਹੋਣ ਦੇ ਚਾਂਸਿਸ ਨਜ਼ਰ ਆ ਰਹੇ ਨੇ। ਅੱਜ ਓਵਰਆਲ ਮੈਰੀਟਲ ਜ਼ਿੰਦਗੀ ਦੇ ਵਿੱਚ ਵੀ ਕਿਸੇ ਗੱਲ ਨੂੰ ਲੈ ਕੇ ਕਹਾ ਸੁਣੀ ਹੋ ਗਈ ਸੀ ਅਤੇ ਹੁਣ ਮਿਠਾਸ ਵਾਪਸ ਨਜ਼ਰ ਆਈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 18, ਲੱਕੀ ਕਲਰ ਰਹੇਗਾ ਗੋਲਡਨ, ਅਤੇ ਤੁਸੀਂ ਉਪਾਏ ਕੀ ਕਰਨਾ, ਕਿਸੇ ਵੀ ਧਰਮਸ਼ਾਲਾ 'ਚ ਅਗਰਬੱਤੀ, ਬਾਲਟੀ ਅਤੇ ਝਾੜੂ ਦਾ ਦਾਨ ਦੇਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਐਕੁਏਰੀਅਸ ਯਾਨੀ ਕੁੰਭ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਫਿਜ਼ੀਕਲ ਐਕਟੀਵਿਟੀ ਦੇ ਉੱਤੇ ਖਾਸ ਧਿਆਨ ਦੇਣਾ ਜ਼ਰੂਰੀ ਹੈ, ਕਿਉਂਕਿ ਹੁਣ ਇਹ ਸਮਾਂ ਜਿਹੜਾ ਹੈ ਥੋੜ੍ਹਾ ਜਿਹਾ ਤੁਹਾਡੇ ਕੋਲੋਂ ਆਪਣੀ ਐਕਸਰਸਾਈਜ਼ ਰੂਟੀਨ ਮੰਗਦਾ ਹੈ। ਵਰਕਪਲੇਸ ਦੇ ਉੱਤੇ ਤੁਹਾਡੀ ਇੰਪੋਰਟੈਂਸ ਵਧੇਗੀ, ਬੌਸ ਦੀ ਗੁੱਡ ਬੁੱਕਸ 'ਚ ਤੁਸੀਂ ਆ ਸਕਦੇ ਹੋ। ਪ੍ਰੋਪਰਟੀ ਮੈਟਰਸ ਦੇ ਵਿੱਚ ਬਾਰਗੇਨਿੰਗ ਸਕਿੱਲਸ ਕਾਫੀ ਕੰਮ ਆ ਗਿਆ, ਇਸ ਕਰਕੇ ਕੋਈ ਚੀਜ਼ ਤੁਸੀਂ ਖਰੀਦਣਾ ਚਾਹ ਰਹੇ ਹੋ ਤਾਂ ਪੂਰਾ ਜ਼ੋਰ ਲਗਾ ਦੇਣਾ, ਵਧੀਆ ਤਰੀਕੇ ਨਾਲ ਨੈਗੋਸ਼ੀਏਟ ਹੋ ਸਕਦਾ। ਅੱਜ ਜਿਹੜਾ ਹੈ ਮੈਰੀਟਲ ਲਾਈਫ ਵਿੱਚ ਵੀ ਪੋਜ਼ਿਟਿਵ ਚੇਂਜਸ ਤੁਹਾਨੂੰ ਨਜ਼ਰ ਆਉਣੇ ਸ਼ੁਰੂ ਹੋਣਗੇ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 1, ਲੱਕੀ ਕਲਰ ਰਹੇਗਾ ਕ੍ਰੀਮ, ਅਤੇ ਤੁਸੀਂ ਉਪਾਏ ਕੀ ਕਰਨਾ, ਸ਼੍ਰੀ ਕ੍ਰਿਸ਼ਨ ਚਾਲੀਸਾ ਦਾ ਪਾਠ ਕਰਨਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਹੁਣ ਗੱਲ ਕਰਾਂਗੇ ਆਖਰੀ ਰਾਸ਼ੀ ਪਾਈਸਿਸ ਯਾਨੀ ਮੀਨ ਦੀ, ਤੁਹਾਡੀ ਫਿਟਨੈਸ ਦੀ ਤਾਰੀਫ ਹੋਏਗੀ। ਇਨਫੈਕਟ ਤੁਸੀਂ ਫਿਟਨੈਸ ਫਰੰਟ ਦੇ ਉੱਤੇ ਕਿਸੇ ਦੇ ਵਾਸਤੇ ਇੱਕ ਇੰਸਪੀਰੇਸ਼ਨ ਵੀ ਬਣ ਸਕਦੇ ਹੋ। ਫੈਮਿਲੀ ਦੇ ਨਾਲ ਕਿਤੇ ਨਾ ਕਿਤੇ ਪਿਕਨਿਕ ਦੇ ਯੋਗ ਬਣਦੇ ਹੋਏ ਵੀ ਨਜ਼ਰ ਆ ਰਹੇ ਨੇ। ਕਈ ਲੋਕਾਂ ਨੂੰ ਵਿਰਾਸਤ 'ਚ ਕੋਈ ਨਾ ਕੋਈ ਪ੍ਰੋਪਰਟੀ ਮਿਲਣ ਦੇ ਸੰਕੇਤ ਵੀ ਬਣਦੇ ਹੋਏ ਨਜ਼ਰ ਆ ਰਹੇ ਨੇ। ਮੈਰਿਡ ਲਾਈਫ ਵਿੱਚ ਜਿਹੜੀ ਬੋਰੀਅਤ ਹੈ ਉਹਨੂੰ ਦੂਰ ਕਰਨ ਵਾਸਤੇ ਜਾਂ ਕੋਈ ਨਵਾਂਪਨ ਲੈ ਕੇ ਆਉਣ ਵਾਸਤੇ ਐਫਰਟਸ ਤੁਹਾਡੇ ਆਪ ਨੇ ਜ਼ਰੂਰੀ ਹੋਣਗੇ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 8, ਲੱਕੀ ਕਲਰ ਰਹੇਗਾ ਬਰਾਊਨ, ਅਤੇ ਤੁਸੀਂ ਉਪਾਏ ਕੀ ਕਰੋ, ਆਪਣੇ ਰਾਈਟ ਹੈਂਡ ਵਿੱਚ ਜੇ ਪੀਲੇ ਰੰਗ ਦਾ ਧਾਗਾ ਜਾਂ ਪੀਲੇ ਰੰਗ ਦਾ ਰਿਸਟਬੈਂਡ ਤੁਸੀਂ ਪਾ ਕੇ ਰੱਖੋ ਤਾਂ ਦਿਨ ਹੋਰ ਵੀ ਵਧੀਆ ਬਣ ਸਕਦਾ। ਹੁਣ ਸਮਾਂ ਹੋ ਚੱਲਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ, ਪਰ ਇਸ ਵਾਅਦੇ ਨਾਲ ਕਿ ਕੱਲ੍ਹ ਫਿਰ ਮੁਲਾਕਾਤ ਹੋਏਗੀ, ਫਿਰ ਗੱਲ ਕਰਾਂਗੇ ਆਪਾਂ ਦਿਨ ਦੇ ਰਾਸ਼ੀਫਲ ਅਤੇ ਪੰਚਾਂਗ ਦੀ। ਉਦੋਂ ਤਾਈਂ ਮੈਨੂੰ ਯਾਨੀ ਐਸਟ੍ਰੋਲੋਜਰ ਮਨੀਸ਼ਾ ਕੌਸ਼ਿਕ ਨੂੰ ਦਿਓ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ।